ਅਸੀਂ ਰੋਡ ਗੈਪ ਕਰ ਦੇਣੀ ਆ, ਹੁਣ ਇਹ ਕੰਮ ਅਸੀਂ ਹੁਣ ਚੈੱਕ ਕਰਨ ਲੱਗੇ ਹਾਂ ਵੀ ਇਹਦੀ ਰੋਡ ਜਿਹੜੀ ਆ ਜਿਹੜੀ ਸੈਲਫੀ ਸਟਿੱਕ ਆ ਇਹ ਗੈਪ ਹੁੰਦੀ ਆ ਭਲਾ। ਇਹ ਹੈਗਾ ਮਾਡਲ ਏਸ ਪ੍ਰੋ ਇੰਸਟਾ 360 ਦਾ, ਇਹ ਬਹੁਤ ਵਧੀਆ ਇਹਦੀ ਨਾਈਟ ਸਭ ਤੋਂ ਤਾਂ ਇਹਦੀ ਵੀਡੀਓਗ੍ਰਾਫੀ ਹੈ। ਕੈਮਰੇ ਜਿਵੇਂ ਕਿ ਆਪਾਂ ਵੇਖ ਰਹੇ ਹਾਂ ਜੀ ਸਾਡੀ ਸਪਿਟੀ ਰਾਈਡ ਤਿਆਰੀ ਹੋ ਰਹੀ ਆ ਆਈਨਾ ਖੋਖਲਾ ਵਿੱਚੋਂ। ਕੁਝ ਸਮਾਨ ਖੜਨਾ ਵਾ ਅਤੇ ਕੁਝ ਸਮਾਨ ਡਰੋਪ ਹੋਣਾ ਵਾ, ਥੋੜ੍ਹਾ ਜਿਹਾ ਮੈਂ ਆਪਣੇ ਸਕੂਟਰ ਤੱਕ ਪਹੁੰਚਾ ਤਾ ਗਿਆ ਵਾ। ਹੁਣ ਸ਼ੋਰਟ ਲਿਸਟ ਕਰਕੇ ਤੁਹਾਨੂੰ ਦੱਸਣਾ ਸਾਰਾ ਕੁਝ ਸਜਾ ਕੇ ਵੀ ਕਿਹੜਾ ਕਿਹੜਾ ਸਮਾਨ ਆਪਾਂ ਲੈ ਕੇ ਜਾਣਾ ਵਾ। 8 ਦਿਨ ਦੀ ਇੱਕ ਡੱਬੀ ਆਹ ਖੜ੍ਹੇ ਹਾਂ ਜਿੱਥੇ ਸਾਡੇ ਮੈਮਰੀ ਕਾਰਡ ਅਤੇ ਸਾਡੇ ਕਾਰਡ ਵਗੈਰਾ ਇਹਦੇ 'ਚ ਹੋਣਗੇ। ਇੱਕ ਟੇਪ ਖੜ੍ਹਨੀ ਆ ਜੀ ਬਿਜਲੀ ਆ ਜਿਹੜੀ ਵਰਤਦੇ ਆ, ਕੁਝ ਸਾਡੀਆਂ ਦਵਾਈਆਂ ਵਾ ਐਮ ਸੀਲ, ਆਹ ਸਾਡੇ ਕੋਲ ਚਾਕੂ ਲੋੜ ਪੈ ਸਕਦੀ ਆ, ਆਪਣੇ ਕੋਲ ਸਟਿੱਕਰ ਆ ਕੀ ਐਸ ਡੀ ਫਿਲਮ ਦੇ, ਆਹ ਕੁਝ ਵਾਇਰ ਨੂੰ ਬੰਨਣ ਵਾਸਤੇ, ਆਹ ਇੱਕ ਟੁੱਟੀ ਕੰਘੀ ਆ, ਆਹ ਇੱਕ ਸਾਨੂੰ ਮਲਟੀਪਲ ਯੂਜ਼ਰ ਇੰਸਟਰੂਮੈਂਟ ਆ ਜਿਹੜਾ ਸਾਡਾ ਬਹੁਤ ਕੰਮ ਆਉਣਾ ਵਾ, ਇਹਦੇ 'ਚ ਬਹੁਤ ਕੁਝ ਨਿਕਲਦਾ ਵਾ। ਦੋ ਪਰਫਿਊਮ ਆ, ਇੱਕ ਡਬਲ ਟੇਪ ਖੜਾਂਗੇ, ਇੱਕ ਵੱਡੀ ਸੋਹਣੀ ਟੇਪ ਖੜਾਂਗੇ ਜੋੜਨ ਵਾਲੀ ਜਿਹੜੀ ਬਹੁਤ ਸੋਹਣਾ ਜੋੜਦੀ ਆ, ਸੈਲੋ ਟੇਪ, ਇੱਕ ਸਾਡੇ ਕੋਲ ਬੈਟਰੀ ਚਾਰਜਰ ਆ ਗੋਪਰੋ ਦਾ, ਗੋਪਰੋ ਇੱਕ ਸਾਡੇ ਕੋਲ ਕੈਮਰਾ ਵਾ, ਆਹ ਗੋਪਰੋ ਅਸੀਂ ਅੱਗੇ ਲਾਉਣਾ ਵਾ ਉਹਦੇ ਵਾਸਤੇ। ਇਹ ਕੁਝ ਸਮਾਨ ਚਾਬੀ ਚੁਬੀ ਜੋ ਸਾਡੇ ਸਕੂਟਰ ਲੱਗ ਜਾਂਦੀਆਂ ਵਾ, ਆਹ ਰੱਸੀਆਂ ਦਾ ਢੇਰ ਆ, ਇਹਦੇ ਵਿੱਚੋਂ ਰੱਸੀਆਂ ਛਾਂਟੀ ਕਰਨੀਆਂ ਵਾ। ਆਹ ਸਾਡੇ ਕੋਲ ਬੈਗ ਆ, ਬੈਗ ਵਿੱਚ ਮੈਂ 5 ਲੀਟਰ ਫਿਊਲ ਐਕਸਟਰਾ ਲਿਆ ਲਿਆ, ਇੱਕ ਅੱਧੇ ਲੀਟਰ ਦੀ ਬੋਤਲ ਹੋਰ ਪੈ ਜਾਣੀ ਉਹ ਵੀ ਪਾ ਲੈਣੀ ਆ, ਇੱਕ ਅਸੀਂ ਪੰਨਾ ਲਿਆ ਛੋਟਾ, ਇੱਕ ਸਾਡੇ ਕੋਲ ਆਹ ਵਾ ਆਪਣੀਆਂ ਡਿਵਾਈਸਾਂ ਚਾਰਜ ਕਰਨ ਵਾਸਤੇ, ਬਾਕੀ ਦੋ ਦੋ ਤਿੰਨ ਤਿੰਨ ਚੀਜ਼ਾਂ ਸਾਰੀਆਂ ਆਪਾਂ ਲੈ ਲਈਆਂ ਵਾ। ਬਹੁਤਾ ਸਮਾਨ ਲੜਕਾ ਨਹੀਂ ਲਿਆ, ਬਾਕੀ ਸਮਾਨ ਕੱਢਤਾ ਗਿਆ ਉਹ ਸਾਈਡ 'ਤੇ। ਇੱਕ ਸਾਡੀ ਰਾਈਡਿੰਗ ਜੈਕਟ ਹੈ ਜਿਹੜੀ ਅਸੀਂ ਪਾ ਲੈਣੀ ਆ, ਇੱਕ ਸਾਡੇ ਕੋਲ ਆਹ ਸਮਾਨ ਹੈ ਜਿਹੜਾ ਬਹੁਤ ਜ਼ਰੂਰੀ ਹੁੰਦਾ ਵਾ, ਇਹਦੇ ਵਿੱਚ ਐਕਸਟਰਾ ਦਸਤਾਨੇ ਆ, ਆਹ ਕਵਰ ਆ ਜੀ ਆਪਣੇ ਬੂਟਾਂ ਦੇ ਕਵਰ, ਜਦੋਂ ਮੀਂਹ ਆ ਜਾਵੇ ਤਾਂ ਉੱਤੋਂ ਪਾ ਲਓ ਬੂਟਾਂ ਨੂੰ, ਉਹ ਜਿਹੜੇ ਕਹਾਣੀ ਵਾਲੇ ਬੂਟ ਆ ਉਹ ਐਰਕਾ ਮੈਂ ਨਹੀਂ ਖੜਨੇ ਕਿਉਂਕਿ ਚੁੱਕਣੇ ਪੈਂਦੇ ਜਾਂ ਪਾਉਣੇ ਬੜੀ ਔਖੀ ਆ। ਬਾਕੀ ਸਮਾਨ ਸਾਰਾ ਲੈ ਲਿਆ ਬਰਸਾਤੀ ਬਰਸੂਤੀਆਂ ਵਿੱਚ ਹੀ ਆ, ਇਹਨੂੰ ਆਪਾਂ ਆਹ ਬੈਗ 'ਚ ਪਾ ਕੇ ਅਤੇ ਇਹਨੂੰ ਐਕਸਟਰਾ ਬੰਨਾਂਗੇ ਤਾਂ ਕਿ ਮਿੰਟੋ ਮਿੰਟੀ ਮੀਂਹ ਆ ਜਾਵੇ ਅਤੇ ਕੱਢਣ ਦੀ ਸਾਨੂੰ ਲੋੜ ਪੈ ਜਾਵੇ ਤਾਂ ਅਸੀਂ ਸਮਾਨ ਕੱਢ ਸਕੀਏ, ਅੰਦਰੇ ਸਮਾਨ ਨਾ ਰਹਿ ਜੇ। ਇੱਧਰ ਆ ਜਾਓ, ਇੱਕ ਸਾਡੇ ਕੋਲ ਆਹ ਵਾ ਆਪਣਾ ਫੇਸ ਨੂੰ ਸਾਫ਼ ਕਰਨ ਵਾਸਤੇ ਇੱਕ ਗਲਾਸ ਫੜਾਂਗੇ, ਅਤੇ ਹੋਰ ਸਭ ਤੋਂ ਜ਼ਰੂਰੀ ਇੱਕ ਚੀਜ਼ ਹੁੰਦੀ ਹੈ ਜੀ ਆਹ ਇਹ ਪੈਂਚਰ ਕਿੱਟ ਆ, 1 2 3 4 5 5 ਪੈਂਚਰ ਲੈ ਲਿਆ ਆਪਾਂ ਅਤੇ ਨਾਲ ਸਮਾਨ ਲੈ ਲਿਆ ਵਾ। ਆਹ ਡਾਰੀ ਇੱਥੇ ਰਹਿਣੀ ਆ, ਆਹ ਕੰਘੀ ਵੀ ਇੱਥੇ ਰਹਿਣੀ ਆ, ਇੱਕ ਆਹ ਚਾਰਜਰ ਬੈਂਕ ਇਹ ਸਾਡੇ ਕੋਲ ਜ਼ਰੂਰੀ ਆ, ਲੀਡਾਂ ਸਾਡੇ ਕੋਲ ਵੱਧ ਤੋਂ ਵੱਧ ਹੋਣੀ ਚਾਹੀਦੀਆਂ ਵਾ, ਆਹ ਦੋ ਅਤੇ ਆਹ ਇਹ, ਅਤੇ ਬਾਕੀ ਹੋਰ ਵੀ ਬੈਗ 'ਚ ਅਸੀਂ ਪਾ ਲਈਆਂ ਵਾ 3-4 ਲੀਡਾਂ ਵਾ, ਇੱਕ ਮਾਈਕ ਐਕਸਟਰਾ ਲੈ ਲਿਆ ਵਾ, ਇੱਕ ਮਾਈਕ ਅਸੀਂ ਲਾ ਲਿਆ ਵਾ, ਇੱਕ ਮਾਈਕ ਆ ਹੁੰਦਾ ਆਹ ਜਿਹੜੇ TRS ਆ, ਅਤੇ ਬਾਕੀ ਇੱਥੋਂ ਸਾਰਾ ਸਮਾਨ ਕੰਪਲੀਟ ਆ। ਇਸ ਵਾਰ ਆਹ ਬੈਗ ਡਰੋਪ ਕਰ ਰਹੇ ਹਾਂ ਕਿਉਂਕਿ ਇਹ ਬੈਗ ਮੋਟਰਸਾਈਕਲ ਹੋਇਆ ਅਤੇ ਉਹਦੇ ਵਾਸਤੇ ਜ਼ਿਆਦਾ ਬਿਹਤਰ ਆ, ਅਤੇ ਸਾਡੇ ਕੋਲ ਫੋਨ ਟੰਗਣ ਨੂੰ ਅਸੀਂ ਲਾ ਲਿਆ ਸਕੂਟਰ ਦੇ, ਉਹ ਮੈਂ ਥੱਲੇ ਜਾ ਕੇ ਵਿਖਾਉਣਾ, ਅਤੇ ਇਹ ਬੈਗ ਨੂੰ ਡਰੋਪ ਕਰਤਾ ਵਾ, ਹੇਠਲਾ ਬੈਗ ਵੀ ਡਰੋਪ ਹੈ, ਉਹਦੇ ਥਾਂ 'ਤੇ ਆਹ ਬੈਗ ਲੈ ਲਿਆ ਵਾ ਕਿਉਂਕਿ ਵਾਟਰਪਰੂਫ ਆ, ਇਹਦੇ ਵਿੱਚ ਇੱਕ ਲਿਫਾਫਾ ਪਾ ਕੇ ਅਤੇ ਸਮਾਨ ਸਾਰਾ ਆਪਣੀਆਂ ਜਿਹੜੀਆਂ ਅਸੈਸਰੀਆਂ ਇਹਦੇ 'ਚ ਪਾਵਾਂਗੇ, ਅਤੇ ਇੱਕ ਸਾਡੇ ਕੋਲ ਪਾਈਪ ਲੈ ਲਈਏ ਤਾਂ ਕਿ ਐਮਰਜੈਂਸੀ 'ਚ ਕਿਸੇ ਵੇਲੇ ਕਿਸੇ ਹੋਰ ਮੋਟਰਸਾਈਕਲ ਤੋਂ ਸਾਨੂੰ ਕੱਢਣਾ ਪੈ ਜਾਵੇ ਪੈਟਰੋਲ ਜਾਂ ਸਾਨੂੰ ਪੈਟਰੋਲ ਦੇਣਾ ਪੈ ਜਾਵੇ, ਕਿਸੇ ਸਹਾਇਤਾ ਕਰਨੀ ਪਵੇ ਤਾਂ ਆਪਾਂ ਕਰ ਸਕੀਏ। ਅਗਲੀ ਗੱਲ ਵੀ ਗੋਪਰੋ ਸਾਰਾ ਕੰਮ ਤਿਆਰ ਆ, ਇਹ ਅਗਲੇ ਬੰਨੇ ਐਕਸਟਰਾ ਕੈਮਰਾ ਕੰਮ ਕਰੇਗਾ, ਅਤੇ ਇਹ ਥੱਲੇ ਜਾ ਕੇ ਮੈਂ ਵਿਖਾਉਂਦਾ ਵੀ ਇਹਦੀ ਸੈਟਿੰਗ ਮੈਂ ਕਿਹੜੀ ਕੀਤੀ ਆ। ਸਾਡਾ ਮੇਨ ਕੈਮਰਾ ਇਸ ਵਕਤ ਇੰਸਟਾ 360 AS ਪ੍ਰੋ ਆ, ਜਿਹੜਾ ਕਿ ਫਲਿੱਪ ਸਕਰੀਨ ਦੇ ਨਾਲ ਹੁੰਦਾ, ਉਹ ਦੱਸਣਾ ਮੈਂ ਇਹਦੀ ਸਕਰੀਨ ਕਿੱਦਾਂ ਖੁੱਲਦੀ ਆ। ਆਹ ਵੇਖੋ ਇੱਦਾਂ ਸਕਰੀਨ ਖੁੱਲਦੀ, ਇੱਦਾਂ ਆਪਾਂ ਪੂਰੇ ਸਕਰੀਨ ਦੇ ਵਿੱਚ ਆ ਜਾਂਦੇ ਹਾਂ, ਅਤੇ ਇਹ ਵਧੀਆ ਰਿਕਾਰਡਿੰਗ ਕਰਦਾ ਵਾ, 8K ਤੱਕ ਜਾ ਸਕਦਾ ਵਾ, ਸੈਲਫ ਐਡੀਟਿੰਗ ਵੀ ਕਰ ਲੈਂਦਾ ਵਾ, ਅਤੇ ਵੀਡੀਓ ਪੌਜ਼ ਸਟੋਪ ਸਟਾਰਟ ਵੀ ਹੋ ਜਾਂਦੀ ਹੈ ਇਹਦੇ, ਇਹ ਫੰਕਸ਼ਨ ਇਹਦੇ ਜ਼ਬਰਦਸਤ। ਇੰਸਟਾ ਦਾ ਕੈਮਰਾ ਹੁੰਦਾ ਵਾ ਨਵਾਂ ਆਇਆ ਵਾ ਵਰਜਨ, ਬਹੁਤ ਸ਼ਾਨਦਾਰ ਆ। ਬਸ ਇਹ ਕਰਿਆ ਕਿ ਆਪਣਾ ਵਿੰਡ ਸ਼ੈਲਟਰ ਉਹ ਲੱਭਣਾ ਵਾ, ਬਾਕੀ ਸਾਰਾ ਕੰਮ ਓਕੇ ਆਪਣਾ।
ਇਹ ਜੇ ਆਪਣਾ ਜਾਮਾ ਇਹਨੂੰ ਥੋੜ੍ਹਾ ਧੋਣਾ ਵਾ, ਆਹ ਮੈਂ ਸਵਾਰ ਲਿਆ ਕਿਉਂਕਿ ਬੈਗ ਟੰਗਣਾ ਵਾ ਅਤੇ ਇਹਦੇ ਵਾਸਤੇ ਇੱਥੇ ਜਿਹੜੀ ਹੈ ਨਾ ਸੈਲੋ ਟੇਪ ਨਾਲ ਲਾਈਨਿੰਗ ਆਪਾਂ ਕਰ ਲਈ ਆ, ਆਹ ਸਾਫ਼ ਕਰਨ ਵਾਸਤੇ ਇਹਨੂੰ ਇਹਦੇ ਪੈਟਰੋਲ ਟੈਂਕ ਦੇ ਵਿੱਚ ਹੀ ਪਾਵਾਂਗੇ, ਠੀਕ ਆ ਜੀ। ਅਤੇ ਆਹ ਹੀ ਲਾ ਲਿਆ ਫੋਨ ਘਰੇ ਵਾਟਰਪਰੂਫ ਆ, ਅਤੇ ਇੱਥੇ ਸਾਡਾ ਜਿਹੜਾ ਆ ਐਕਸਟਰਾ ਕੈਮਰਾ ਜਿਹੜਾ ਗੋਪਰੋ ਲੱਗ ਜਾਏਗਾ ਜੀ। ਇੱਦਾਂ ਦੀ ਸੈਟਿੰਗ ਜਿਹੜੀ ਆਪਾਂ ਇਹਦੇ ਨਾਲ ਕਰ ਲਈ ਹੈ ਜੀ। ਇਹਨੂੰ ਹੁਣ ਧੋਣਾ ਵਾ ਅਤੇ ਕੰਮ ਸਾਰਾ ਆਪਣਾ ਰੈਡੀ ਆ। ਆਹ ਕੁਛ ਚੀਜ਼ਾਂ ਇੱਥੇ ਰਹਿਣਗੀਆਂ। ਆਹ ਟਾਇਰ ਕਾਲੇ ਕਰਨ ਵਾਸਤੇ ਕਰੀਮ ਹੁੰਦੀ ਆ, ਬਹੁਤ ਸ਼ਾਨਦਾਰ ਆ, ਇਹ ਮਾਰੋ ਅਤੇ ਝੱਗ ਜੀ ਬਣਦੀ ਆ ਅਤੇ ਮਿੰਟ 'ਚ ਟਾਇਰ ਸੋਖ ਲੈਂਦਾ, ਟਾਇਰ ਨੂੰ ਸਾਫ਼ ਕਰ ਦਿਓ, ਟਾਇਰ ਪੂਰਾ ਕਾਲਾ ਨਿਕਲ ਹੁੰਦਾ। ਆਹ ਬੋਡੀ ਵਾਲਾ ਅਤੇ ਆਹ ਉੱਥੋਂ ਲਈ ਸੀ ਬਾਲ ਰਿਵਰ ਤੋਂ ਛੋਟੀ ਜੀ, ਇਹ ਨਾਲ ਨਹੀਂ ਕਰਨਾ, ਆਹ ਵੀ ਨਾਲ ਨਹੀਂ ਜਾਣੇ, ਆਹ ਪਟਾਉਣ ਨਾਲ ਜਾਣਾ ਵਾ, ਇਹ ਨਾਲ ਪਾ ਲਾਂਗੇ ਅਤੇ ਬਾਕੀ ਸਮਾਨ ਅਸੀਂ ਮੋਟਰਸਾਈਕਲ ਵਿੱਚ ਲਿਖਾ ਲਾਂਗੇ, ਕਿਉਂਕਿ ਸਾਡਾ ਹਾਰਲੇ ਡੇਵਿਡਸਨ ਔਨ ਰੈਸਟ ਆ 8-9 ਦਿਨ। ਇਹ ਵੀਡੀਓ ਨੂੰ ਜ਼ਰੂਰ ਵੇਖੋ ਜੀ, ਤੁਹਾਨੂੰ ਸਾਰਾ ਖਰਚਾ ਸਪਿਟੀ ਰਾਈਡ ਦਾ 8 ਦਿਨ ਦਾ ਟੂਰ ਹੈ ਸਾਡਾ ਗੁਰਦਾਸਪੁਰ ਤੋਂ, ਜ਼ਿਲ੍ਹਾ ਗੁਰਦਾਸਪੁਰ ਪੰਜਾਬ ਤੋਂ। ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਹੈ ਰੀਅਲ ਆਪਾਂ ਪੇਸ਼ ਕਰਾਂਗੇ, ਜੋ ਸਾਡੇ ਨਾਲ ਚੰਗਾ ਬੀਤਦਾ ਮਾੜਾ ਬੀਤਦਾ ਹਰ ਚੀਜ਼ ਨੂੰ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਅਤੇ ਆ ਕਿਹੜਾ ਸੋਹਣਾ ਇੱਕ ਫੁੱਲ ਖਿੜ ਗਿਆ ਵੇਖੋ ਤੁਸੀਂ, ਆਹ ਸਾਡੀ ਚੀਜ਼ ਹੈ ਗਈ, ਇਹ ਸਾਡਾ ਇੱਕ ਅਸੀਂ ਆਪ ਤਿਆਰ ਕੀਤਾ, ਥੋੜ੍ਹਾ ਜਿਹਾ ਐਕਸਟੈਂਡ ਕੀਤਾ ਇਹਦਾ ਸਾਈਜ਼, ਮਾਈਕ ਲਾ ਲਿਆ ਇਹਨੂੰ ਨਵਾਂ, ਇਹਦੀ ਵੀ ਪ੍ਰੋਪਰ ਟੈਸਟਿੰਗ ਕਰਨੀ ਹੈ ਮੈਡਮ ਜੀ, ਉਹ ਕਰ ਲਈਏ ਅਤੇ ਬਾਕੀ ਸਾਰੀ ਤਿਆਰੀ ਸਾਡੀ ਮੁਕੰਮਲ ਆ। ਅਤੇ ਸੋ ਵੀਡੀਓ ਇਹ ਜਦੋਂ ਤੁਸੀਂ ਵੇਖਣੀ ਆ ਉਦੋਂ ਨੂੰ ਆਪਾਂ ਸ਼ਿਮਲਾ ਕਰੋਸ ਕਰਕੇ ਹੋਣਾ, ਕਿਉਂਕਿ 9 ਤਰੀਕ ਨੂੰ 9 ਜੂਨ ਨੂੰ ਆਪਾਂ 5 ਵਜੇ ਪੂਰੇ ਇੱਥੋਂ ਨਿਕਲ ਜਾਣਾ ਜੀ ਆਪਣੇ ਟੂਰ 'ਤੇ। ਇਹ ਆ ਸਾਰੀ ਸਾਡੀ ਜਾਣਕਾਰੀ ਟੂਰ ਟ੍ਰਿਪ ਦੀ, ਅਤੇ ਬਾਕੀ ਤੁਹਾਨੂੰ ਸਾਰੀ ਜਾਣਕਾਰੀ ਵੀਡੀਓ ਵਿੱਚ ਅੱਗੇ ਮਿਲੇਗੀ। ਚਲੋ ਠੀਕ ਹੈ ਜੀ, ਸਾਰੇ ਹੱਸਦੇ ਰਹੋ ਵੱਸਦੇ ਰਹੋ, ਘੁੰਮਦੇ ਘੁੰਮਾਉਂਦੇ ਰਹੋ ਜੀ। ਮੈਂ ਐਰੋਕਸ ਤਿਆਰ ਆ ਜੀ ਸਪਿੱਟੀ ਰਾਈਡ ਵਾਸਤੇ, ਪੂਰਾ ਚਮਕਾਇਆ ਵਾ ਜੀ, ਹਰ ਇੱਕ ਚੀਜ਼ ਆਪਾਂ ਇੱਥੇ ਪ੍ਰਬੰਧ ਕਰ ਲਿਆ, ਸਮਾਨ ਬਣ ਲਿਆ ਵਾ, ਅਤੇ ਰਾਤ ਦੇ 10 ਵੱਜ ਚੁੱਕੇ ਆ। ਅਤੇ ਉਹ ਸਾਨੂੰ ਆਪਣੇ ਬੈਗ 'ਚ ਪਾਉਣੀ ਹੈ, ਇੱਕ ਬੈਗ ਮੇਰੇ ਮੋਢੇ ਨਾਲ ਹੋਣਾ ਵਾ, ਇੱਦਾਂ ਕਰਕੇ ਸਾਡਾ ਜਿਹੜਾ ਸਾਰੀ ਸਕੀਮ ਆ ਨਾ ਇਹ ਤਿਆਰ ਆ ਜੀ।